ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਇੱਕ ਵੱਖ ਤਰ੍ਹਾਂ ਦੇ ਪੋਸਟ ਦੀ ਸਿਆਸਤ ਦੇਖਣ ਨੂੰ ਮਿਲ ਰਹੀ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਦੀ ਤਰਸ 'ਤੇ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਪੋਸਟਰ ਅੰਮ੍ਰਿਤਸਰ ਦੇ ਕੁੱਲ 20 ਟਿਕਾਣਿਆਂ 'ਤੇ ਦੇਖਣ ਨੂੰ ਮਿਲੇ, ਜਿਸ ਵਿੱਚ ਕੇਜਰੀਵਾਲ ਅਤੇ ਖਹਿਰਾ ਮਾਮਲੇ ਵਿੱਚ ਜੰਮ ਕੇ ਨਿਸ਼ਾਨਾ ਸਾਧਿਆ ਗਿਆ। ਇਹ ਅਕਾਲੀ ਦਲ ਅਤੇ ਬੀਜੇਪੀ ਦੀ ਬਿਲਕੁਲ ਹੇਠਲੀ ਰਾਜਨੀਤੀ ਹੈ, ਡਿੱਗੀ ਹੋਈ ਰਾਜਨੀਤੀ ਹੈ। ਜਦੋਂ ਇਹਨਾਂ ਦਾ ਹੁਣ ਇਸ ਵੇਲੇ ਪੰਜਾਬ ਦੇ ਵਿੱਚੋਂ ਬਿਲਕੁਲ ਨਾਲੇਵਾਈ ਖਤਮ ਹੋਣ ਦੇ ਬਰਾਬਰ ਹੋਇਆ ਪਿਆ, ਇਹਨਾਂ ਨੂੰ ਹੁਣ ਕੁਝ ਸਾਜ਼ਿਸ਼ਾਂ ਜਿਹੜੀਆਂ ਉਹ ਪ੍ਰਤੀਤ ਹੋ ਰਹੀਆਂ ਨੇ। ਹੁਣ ਇਹ ਜਿਹੜਾ ਇਹਨਾਂ ਨਕਾਰਾਤਮਕ ਇੱਕ ਸੋਚ ਇਹਨਾਂ ਦੀ, ਇਹ ਜਾਗੀ ਜ਼ਾਹਿਰ ਹੁੰਦੀ ਹੈ ਵੀ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਕਰਦੇ ਰਹੇ ਹੈ। ਇਹਨਾਂ ਦੇ ਆਪਣੇ ਕਿੰਨੇ ਲੀਡਰ ਦੋਸ਼ਾਂ ਹੇਠ ਨੇ, ਬੀਬੀ ਜਗੀਰ ਕੌਰ ਆ, ਹੁਣ ਜਿਹੜਾ ਤੁਸੀਂ ਗੁਰਦਾਸਪੁਰ ਦਾ ਕਾਂਡ ਵੇਖਿਆ ਹੈ ਵੀ ਇੰਨੀਆਂ ਅਸਲੀ ਸੀਡੀਆਂ ਵੀ ਇਹਨਾਂ ਦੀਆਂ ਆ ਗਈਆਂ। ਬੀਬੀ ਜਗੀਰ ਕੌਰ ਨੇ ਤਾਂ ਕੁੜੀ ਮਾਰ ਕੇ ਤਾਂ ਸਜ਼ਾ ਵੀ ਹੋਈ ਪਈ ਆ, ਉਹ ਵੀ ਅੰਡਰ ਟ੍ਰਾਇਲ ਕੋਰਟ ਦੇ ਵਿੱਚ। ਮੰਨ ਲਓ ਦੇਸ਼ ਦੇ ਵਿੱਚ ਕਿਸੇ ਵੀ ਛੋਟੇ ਜਿਹੇ ਇਲਾਕੇ 'ਚ ਵੀ ਕੋਈ ਕਰਪਸ਼ਨ ਦੀ ਗੱਲ ਆਉਂਦੀ ਹੈ ਤਾਂ ਕੇਜਰੀਵਾਲ ਸਾਹਿਬ ਵੱਡੀਆਂ ਵੱਡੀਆਂ ਟੀਮਾਂ, ਵੱਡੇ ਵੱਡੇ ਬਿਆਨ ਔਰ ਪ੍ਰੈਸ ਕਾਨਫਰੰਸ ਕਰਦੇ। ਅੱਜ ਉਹਨਾਂ ਦਾ ਭਾਨੂਮਤੀ ਦਾ ਕੁਨਬਾ ਜਿਹੜਾ ਕਿ ਉਹਨਾਂ ਨੇ ਇਕੱਠਾ ਕੀਤਾ ਸੀ, ਕੋਈ ਇੱਧਰੋਂ ਫੜ ਕੋਈ ਇੱਧਰੋਂ ਫੜ, ਅੱਜ ਉਹ ਬਿਖਰ ਰਿਹਾ ਔਰ ਉਸ ਭਾਨੂਮਤੀ ਦੇ ਕੁਨਬੇ ਦੇ ਉੱਤੇ ਦੇਸ਼ ਦਾ ਨਿਆਇਲੇ ਖੁਦ ਆਰੋਪ ਲਗਾ ਰਿਹਾ, ਉਹਨਾਂ ਨੂੰ ਬੁਲਾ ਰਿਹਾ। ਉਸ ਸਮੇਂ ਉਹਨਾਂ ਦੀ ਚੁੱਪੀ ਰਹੱਸਮੈ ਚੁੱਪੀ ਔਰ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਔਰ ਉਹਦੀ ਲੀਡਰਸ਼ਿਪ ਵਰਕਰਸ ਵੱਲੋਂ ਉਹਦੇ ਖਿਲਾਫ ਬੋਲਣਾ ਔਰ ਕੇਜਰੀਵਾਲ ਦਾ ਰਹੱਸਮੈ ਚੁੱਪੀ ਦੇ ਪਿੱਛੇ ਕੀ ਕਾਰਨ ਹੈ, ਇਹ ਜਨਤਾ ਜਾਣਨਾ ਚਾਹੁੰਦੀ ਹੈ ਕਿ ਹਰ ਗੱਲ 'ਤੇ ਪ੍ਰੈਸ ਕਰਨ ਵਾਲੇ, ਹਰ ਗੱਲ 'ਤੇ ਬੋਲਣ ਵਾਲੇ ਕੇਜਰੀਵਾਲ ਅੱਜ ਚੁੱਪ ਕਿਉਂ ਨੇ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ, ਚਮਕ, ਚੈਨਲ 2।